ਜਿਸੋ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਵਿਦੇਸ਼ੀ ਦੌਰੇ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਖੜੇ ਕਰਨ ਲਈ ਗਏ ਨੇ, ਪਰ ਵਿਰੋਧੀ ਪਾਰਟੀਆਂ ਉਹਨਾਂ ਦੇ ਦੌਰੇ ਨੂੰ ਮੌਜ ਮਸਤੀ ਦਾ ਦੌਰਾ ਹੀ ਦੱਸ ਰਹੀਆਂ ਨੇ। ਮੈਂ ਸਮਝਦਾ ਕਿ ਉਹ ਆਪਣੇ ਕਾਂਗਰਸ ਦਾ ਦੌਰਾ ਨਹੀਂ, ਉਹ ਕੇਵਲ ਤੇ ਕੇਵਲ ਮਹਾਰਾਜਾ ਅਮਰਿੰਦਰ ਸਿੰਘ ਜੀ ਦਾ ਜਾਤੀ ਦੌਰਾ ਆ, ਕਿਉਂਕਿ ਉਹ ਆਪਣੇ ਮਹਿਲਾ ਮਿੱਤਰ ਨੂੰ ਲੈ ਕੇ ਵਿਦੇਸ਼ਾਂ ਦਾ ਦੌਰਾ ਕਰ ਰਹੇ ਆ, ਅਤੇ ਉਹ ਮੈਂ ਉਹਨੂੰ ਉਹਨਾਂ ਦਾ ਨਿੱਜੀ ਦੌਰਾ ਸਮਝਦਾ ਹਾਂ, ਨਾ ਕਿ ਉਹ ਆਪਣੇ ਕਾਂਗਰਸ ਪਾਰਟੀ ਦਾ ਦੌਰਾ ਹੈ। ਮੈਂ ਸਮਝਦਾ ਕਿ ਗਰਮੀਆਂ ਵੀ ਹੈ ਨੇ ਅਤੇ ਉਹ ਹੁਣ ਬਜ਼ੁਰਗ ਵੀ ਨੇ, ਅਤੇ ਗਰਮੀਆਂ 'ਚ ਇੱਥੇ ਰਹਿਣਾ ਥੋੜ੍ਹਾ ਮੁਸ਼ਕਿਲ ਵੀ ਆ, ਅਤੇ ਉੱਥੇ ਥੋੜ੍ਹੀ ਆਪਣੇ ਸਰਦੀ ਹੁੰਦੀ ਹੈ ਅਤੇ ਮੌਜ ਮੇਲਾ ਵੀ ਕਰਨਾ ਹੁੰਦਾ ਮਹਾਰਾਜੇ ਜੀ ਹੋਏ।